लो भी दोस्तों एक होर नसल दिखाउंदे आं तुहानूं, इह वी नवीं कह सकदे आं क्योंकि बाले भरावां नूं पहली बारी देखण नूं मिलूगी इह। सुनिया भी घट हो एक्टिव बहुत ज्यादा, माड़ा जिहा फड़ के रखी बई इहनूं चंगा, एक्टिव वाली है बई इह ब्रीड। ਬਾਈ ਜ਼ਿਆਦਾ ਐਕਟਿਵ ਬਰੀਡ ਹੈ ਬਾਈ ਇਹ, ਜਿੰਨੀ ਵੀ ਕਹਿੰਦੇ ਉੱਨੀ। ਅਤੇ ਇਹ ਮੈਂ ਤੜਕੇ ਦਾ ਇਹਨੂੰ ਦੇਖੀ ਜਾਂਦਾ ਵੀ ਇਹਨੇ ਖੜਕੇ ਨਹੀਂ ਇੱਕ ਵਾਰੀ ਵੀ ਵੇਖਿਆ। ਅਤੇ ਇਹ ਬਈ ਐਂ ਤੁਰੀ ਫਿਰਦੀ ਆ, ਐਂ ਭੱਜਾ ਫਿਰਦਾ, ਇਹ ਪਤਾ ਨਹੀਂ ਕੁੱਤਾ ਹੈ ਕਿ ਕੁੱਤੀ ਹੈ। ਬਾਈ ਨੂੰ ਪੁੱਛਦੇ ਹਾਂ ਆਪਾਂ ਇੱਕ ਮਿੰਟ, ਇਹ ਵੜਦਾ ਬੋਲਦਾ ਠੀਕ ਹੈ। ਕਿੰਨੇ ਟਾਈਮ ਦਾ ਹੈ ਬਾਈ ਇਹ? 9 ਮਹੀਨੇ ਫੀਮੇਲ ਹੈ। ਮੈਂ ਕਹਿੰਦਾ ਤੜਕੇ ਦੀ ਖੜੀ ਨੀ ਇਹ, ਇਧਰ ਹੀ ਇਧਰ ਬਾਈ ਕਹਿੰਦਾ ਖੜੀ ਖੜੀ ਇਹ ਕੰਧ ਟੱਪ ਜਾਂਦੀ। ਲੂੰਬੜੀ ਵਾਲਾ ਕੰਮ ਹੈ ਇਹਦਾ, ਕਦੇ ਇੱਧਰ ਨੂੰ ਹੋਊਗੀ ਕਦੇ ਇੱਧਰ ਨੂੰ ਹੋਊਗੀ, ਜਦੋਂ ਮੈਂ ਦੱਸਿਆ ਫਿਰ ਮੇਰੇ ਵਾਲੇ ਪਾਸੇ ਹੋਊਗੀ। ਤੇ ਇਹਨੇ ਖੜਕੇ ਨੀ ਵੇਖਣਾ ਇਹ ਐਕਟਿਵ, ਪਤਾ ਨੀ ਕੀ ਬਾਈ ਇਹਨੂੰ ਪਾਉਂਦੇ ਆ ਕੀ ਖਵਾਉਂਦੇ ਆ, ਇਹ ਪਤਾ ਨੀ ਬਾਈ ਇਹ ਨਸਲੀ ਇਹ ਜੀ ਆ ਯਾਰ। ਬਸ ਇਹ ਐਂ ਮੈਂ ਝਾਟੀ ਜਿੱਧਰ ਮਾੜੀ ਜੀ ਆਵਾਜ਼ ਸੁਣਗੀ ਉਧਰਲੇ ਪਾਸੇ, ਜਿੱਧਰ ਨੂੰ ਆਵਾਜ਼ ਸੁਣਗੀ ਉਧਰਲੇ ਪਾਸੇ ਨੂੰ ਇਹਨੇ ਹੋ ਜਾਣਾ ਬਈ ਠੀਕ ਹੈ। ਜੇ ਮੈਂ ਚੁਟਕੀ ਜੀ ਮਾਰਤੀ ਮੇਰੇ ਗੱਲੀ ਨੂੰ ਇਹ ਉਧਰਲੇ ਪਾਸੇ ਨੂੰ ਹੋ ਜਾਣੀ ਹੈ ਇਸਨੇ। ਛੋਟੀ ਲੈ ਕੇ ਆਂਦੀ ਸੀ ਅਮਰੀਕਨ, ਵੜਦੀ ਵੁੜਦੀ ਨੀ ਘਰੇ ਇਹ, ਜੇ ਅਣਜਾਣ ਹੋਵੇ ਬੰਦਾ ਉਪਰਾ ਬਾਹਰੋਂ ਆ ਜਾਵੇ ਰਿੰਗ ਚ ਪਾਉਣੀ ਹੈ ਹੁਣ ਪਿਸਤੌਲ ਦਾ ਮੁਕਾਬਲਾ ਕੱਲੀ ਕਰਦੇ ਉਹਦਾ ਬਈ ਦੇਖਣ ਚ ਪਤਾ ਲੱਗਦਾ ਬਈ ਹਨਾ ਲੂੰਬੜੀ ਨੂੰ ਐਕਟ ਵੀ ਬਾਲੀ ਹੈ। ਅੱਛਾ ਪਹਿਲਾਂ ਜਿੱਤ ਚੁੱਕੀ ਹੈ ਪਹਿਲਾਂ ਠੀਕ ਹੈ ਠੀਕ ਹੈ। ਤੇ ਇਹਦੇ ਨਾਲ ਮਤਲਬ ਮੈਂ ਇੱਥੇ ਦੇਖੇ ਇੱਕ ਅੱਧਾ ਡਰਦਾ ਹਰੇਕ ਆ ਬਈ ਹਨਾ ਇਸ ਤੋਂ ਠੀਕ ਹੈ। ਇਹਦੇ ਨਾਲ ਦਾ ਤਾਂ ਇੱਥੇ ਇੱਕ ਅੱਧਾ ਹੀ ਹੋਊਗਾ ਯਾਰ ਮੇਰੇ ਹਿਸਾਬ ਨਾਲ, ਇੱਕੋ ਹੀ ਹੈ ਗੜਗਾਉਂ ਹੈਗਾ ਸੁੱਖਣ ਵਾਲੇ। ਮੀਟਿੰਗ ਕਰਵਾਉਂਗੇ ਇਹਦੀ ਹੁਣ ਕਿੰਨੇ ਟਾਈਮ ਬਾਅਦ ਕਰਵਾਉਂਗੇ? ਡੇਢ ਸਾਲ ਬਾਅਦ ਠੀਕ ਹੈ। ਹੁਣ ਇਹ ਕੱਦ ਹੋਰ ਕਰੂਗਾ? ਹਾਂਜੀ ਹਾਂ ਹਾਂ, ਹਜੇ ਤਾਂ ਸਾਲ ਦੀ ਨੀ ਹੋਈ ਇਹ ਠੀਕ ਹੈ। ਸਾਲ ਤੋਂ ਬਾਅਦ ਉਦੋਂ ਇਹਨੂੰ ਮੀਟਿੰਗ ਕਰਵਾਉਂਗੇ, ਫਿਰ ਬੱਚੇ ਮੀਟਿੰਗ ਇਹਦੀ ਖਿਚਾਵਾਂਗੇ, ਉਦੋਂ ਬਾਅਦ ਦੂਜੀ ਮੀਟਿੰਗ ਕਰਾਵਾਂਗੇ ਠੀਕ ਹੈ ਠੀਕ ਹੈ। ਤੇ ਫਿਰ ਇਹ ਮਿਲਣ ਦਾ ਪੈਸੇ ਵੀ ਬਹੁਤ ਲੈ ਲੈਣਗੇ, 1,00,000 ਚ 2,000 ਹੀ ਛੱਡਿਆ ਜੀ। ਅੱਛਾ ਹਾਂਜੀ ਹਾਂਜੀ,
अद्धे रुपये घटो घट देने पैणगे हैना जदों मीटिंग करवाउणी आ इहदी। ਉਹਦਾ ਕਹਿੰਦਾ ਜੀ ਕੋਈ ਗੱਲ ਨੀ ਵੀ ਬੱਚੇ ਪਿੱਛੇ ਆਪਾਂ ਕਰਵਾ ਦਾਂਗੇ ਜੇ ਸਾਨੂੰ ਉੱਥੇ ਲਿਜਾਣੀ ਪਊਗੀ, ਪਰ ਪੈਸੇ ਤਾਂ ਖਰਚ ਉਨਾ ਹੀ ਆ ਜਾਣਾ ਪੈਣਾ। ਪਾਠ ਬਹੁਤ ਹਰੀਸ਼, ਫਿਰ ਅੱਗੇ ਬੱਚੇ ਬੱਚੇ ਆਪਾਂ ਸੇਲ ਵੀ ਕਰਾਂਗੇ ਇਹਦੇ, ਬਹੁਤ ਬਹੁਤ ਐਡਵਾਂਸ ਬੁਕਿੰਗ। ਇਹ ਕਿਹੜਾ ਏਰੀਆ, ਕਿਹੜਾ ਪਿੰਡ, ਕਿਹੜਾ ਆਪਣਾ ਹੈ ਜੀ, ਕਿਹੜਾ ਪਿੰਡ ਆਪਣਾ? ਬਿਲਾਸਪੁਰ। ਹਰੀਸ਼ ਮੋਹਿਤ, ਤੇ ਫੋਨ ਨੰਬਰ ਵੀ ਦੱਸ ਦਿਓ ਬਾਈ ਆਪ। 98150-28910 ਕੁੱਕੀ ਬਿਲਾਸਪੁਰ। ਠੀਕ ਹੈ, ਹਾਂਜੀ। ਆ ਵੀ ਨਸਲ ਹੈ ਨੀ ਕਿਸੇ ਕੋਲੇ। ਅੱਛਾ, ਇਹ ਸਟੇਸ਼ਨ ਆ ਇਹ ਪਹਿਲਾਂ ਵਾਲੀ, ਇਹ ਵਾਲੀ ਸਟੇਸ਼ਨ ਹੈ। ਹਾਂ, ਵਾਲੀ ਸਟੇਸ਼ਨ ਵੀ ਹਰੇਕ ਤਾਦੇ ਤਾਂ ਜਰਮਨ ਸ਼ੈਫਰ ਨੂੰ ਵਾਲੀ ਸਟੇਸ਼ਨ ਆ ਕੀ ਹੈ। ਅਸਲ ਵਾਲੀ ਸਟੇਸ਼ਨ ਹੈ, ਜਰਮਨ ਸ਼ੈਫਰ ਰਿੰਗ ਦੇ ਅੰਦਰ ਲਿਆਓ ਜੀ ਡੋਗ ਆਪਣੇ। ਇਹਦੇ ਬੱਚੇ ਬੁੱਚੇ ਮਿਲ ਜਾਂਦੇ ਆਪਣੇ ਕੋਲ? ਹਾਂਜੀ, ਇਹਦੇ ਬੱਚੇ 5 ਤਾਂ ਬੁੱਕ ਹੋਏ ਪਏ ਆ, ਤੇ ਉਦੋਂ ਬਾਅਦ ਜਿਹੜਾ 1-2 ਹੋਏ ਵੀ ਸੂਈ ਆ। ਹੁਣ ਹੈਗੇ ਬੱਚੇ ਕਿ ਨਹੀਂ? ਬੱਚੇ ਹੁਣੇ ਹੁਣੇ ਹੀਟ ਚਾਹੀਦੀ ਆ, ਆਉਣ ਤੋਂ ਪਹਿਲਾਂ ਹੀ ਬੁੱਕ ਮੀਟਿੰਗ ਕਰਵਾਉਣੀ ਆ ਇਹਦੀ। ਅੱਛਾ, ਸੂਣ ਤੋਂ ਪਹਿਲਾਂ ਹੀ ਬੁੱਕ ਹੋ? ਹਾਂ, ਪਹਿਲਾਂ ਜੀ। ਹਾਂਜੀ ਹਾਂਜੀ, ਠੀਕ ਹੈ। ਤੇ ਬੱਚਾ ਹੁਣ ਕਿੰਨੇ ਕੁ ਦਾ ਮਿਲ ਜਾਂਦਾ ਬਾਈ? 30-40 ਹਜ਼ਾਰ ਤੱਕ। ਠੀਕ ਹੈ, ਹਾਂਜੀ। ਤੇ ਇਹਦੇ ਨਾਲ ਦਾ ਹੋਰ ਹੈਗੇ ਤੁਹਾਡੇ ਕੋਲ ਘਰੇ? ਹਾਂ, ਇਹਦਾ ਕੋਈ ਬੱਚਾ ਹੈਗਾ ਜੀ। ਅੱਛਾ, ਟੈਂਟ ਵਾਲੇ ਵੀਰਾਂ ਨੂੰ ਬੇਨਤੀ ਆ, ਤਿੰਨੋਂ ਰਿੰਗਾਂ ਦੇ ਅੰਦਰ 3-3 ਚੇਅਰ ਭੇਜ ਦੋ। ਟੈਂਟ ਵਾਲੇ ਵੀਰ ਨੂੰ ਬੇਨਤੀ ਆ, ਰਾਖੀ ਕਹਿੰਦੇ ਮੰਨੀ ਹੋਈ। ਮੈਂ ਕਹਿੰਦਾ ਪੂਰੀ ਜਾ ਦੇ ਰਜਿਸਟ੍ਰੇਸ਼ਨ ਦੀ, ਹਨਾ। 2 ਕਿੱਲਿਆਂ ਤੋਂ ਵੀ ਤੇਰੇ ਪੈਰਾਂ ਚ ਆ ਜਾਣਗੇ ਜੇ ਕੋਈ ਇਹਨਾਂ ਨੂੰ ਗੜਬੜ ਦਿਖਦੀ ਆ। ਠੀਕ ਹੈ, ਠੀਕ ਹੈ। ਵੀ ਵਫਾਦਾਰ ਤਾਂ ਸਾਰੇ ਹੁੰਦੇ ਆ, ਪਰ ਇਹ ਜ਼ਿਆਦੇ ਬਹੁਤ ਜ਼ਿਆਦੇ ਵਫਾਦਾਰ ਨਸਲ। ਹੋਰ ਕਿੰਨੇ ਕਿਆ ਬਾਈ ਕੁੱਤੇ ਰੱਖੇ ਹੋਏ ਘਰੇ? ਬਸ ਇੱਕ ਕੁੱਤੀ ਆਪਣੀ ਕਲਚਰ ਪਾਵਾਂ ਛੋਟੀ, ਉਹ ਬਹੁਤ ਟਾਈਮ ਦੀ ਹੈ, ਬਹੁਤ ਸਿਆਣੀ ਹੈ, ਉਹਨੂੰ ਅਸੀਂ ਤਕਰੀਬਨ ਖੁੱਲ੍ਹਾ ਹੀ ਰੱਖਦੇ ਹਾਂ। ਠੀਕ ਹੈ, ਉਹ ਵੀ ਬਾਈ ਨਾਲ ਸੰਪਰਕ ਵੀ ਕਰ ਲਿਓ ਹੁਣ। ਬਾਈ ਕਹਿੰਦਾ ਬੱਚੇ ਸੇਲ ਵੀ ਕਰ ਦਾਂਗੇ ਪਰ ਬੁੱਕ ਹੋ ਜਾਂਦੇ ਆ। ਇਹ ਵੀ ਲਹਿਦੇ ਹੀ ਆ ਬਰੀਡ, ਇੱਕ ਇਹਦੇ ਨਾਲ ਦੇ ਮੰਨ ਕੇ ਚੱਲ ਵੀ ਹੈ ਹੀ ਨਹੀਂ, ਅਸੀਂ ਕਹਿ ਸਕਦੇ ਨਾ ਮਾਤਰ ਹੀ ਹੈ। ਪਹਿਲਾਂ ਹੁੰਦੇ ਸੀ ਪਰ ਹੁਣ ਅਲੀ ਸਟੇਸ਼ਨ ਹੈ ਜਿਹੜੇ ਉਹ ਬਹੁਤ ਘੱਟ ਮਿਲਦੇ ਆ ਤੁਹਾਨੂੰ, ਕਿਸੇ ਰੇਅਰ ਬੰਦੇ ਕੋਲ ਮਿਲਣਗੇ, ਕਿਸੇ ਸ਼ੌਂਕੀ ਬੰਦੇ ਕੋਲ ਮਿਲਣਗੇ, ਤੇ ਨਹੀਂ ਮਿਕਸ ਜੇ ਤਾਂ ਹਰੇਕ ਹੀ ਮੰਨ ਕੇ ਚੱਲ ਵੀ ਹਰੇਕ ਕੁਲੀ ਅਗਲਾ ਕਹਿੰਦਾ ਵੀ ਅਲੀ ਸਟੇਸ਼ਨ ਹੈ, ਕਿਉਂਕਿ ਉਹ ਅਸਲ ਦੇ ਵਿੱਚ ਜਰਮਨ ਸ਼ੈਫਰ ਦੇ ਵਿੱਚ ਮਿਕਸ ਹੋ ਜਾਂਦੇ ਆ ਉਹ, ਤੇ ਉਹ ਅਲੀ ਸਟੇਸ਼ਨ ਮੰਨ ਕੇ ਚੱਲ ਵੀ ਉਹ ਬਣਾਉਂਦੇ ਆ। ਪਰ ਇਹ ਹੈ ਜਿਹੜਾ ਬਾਈ ਇਹ ਬਹੁਤ ਜ਼ਿਆਦਾ ਅਸਲ ਅਲੀ ਸਟੇਸ਼ਨ ਇਹ ਹੈ ਪਿਓਰ ਜਿਹੜੀ ਬਰੀਡ ਹੈ ਨਾ, ਸ਼ੌਂਕੀ ਬੰਦੇ ਬਾਈ ਕਹਿੰਦਾ ਵੀ ਸ਼ੌਂਕ ਨਾਲ ਲਿਆਉਂਦੇ। ਤੇ ਉਹ ਜਾਂਦਾ ਬਾਈ ਉਹ ਬਾਹਲੀ ਐਕਟਿਵ ਹੈ ਯਾਰ, ਉਹ ਤਾਂ ਸੁਣ ਦੱਸਿਆ ਵੀ ਉਹ ਖੜਦੀ ਨੀ, ਉਹ ਆਸੇ ਪਾਸੇ ਗੇੜੇ ਦੇਈ ਤੁਰੀ ਜਾਂਦੇ, ਦੇਈ ਤੁਰੀ ਜਾਂਦੀ ਆ। ਤੇ ਕੀ ਹਾਲ ਆ ਜੀ, ਜਿਹੜੇ ਵੀਰ ਨੇ ਐਂਟਰੀ ਐਂਟਰੀ ਲੈ ਲਓ, ਬਸ ਉਪਲੂਫ ਹੋ ਗਈ ਐਂਟਰੀ, ਇਸ ਤੋਂ ਬਾਅਦ ਐਂਟਰੀ ਨਹੀਂ ਮਿਲਣੀ। ਜਰਮਨ ਸ਼ੈਫਰ ਡਬਲ ਡੋਰ ਪੱਪੀ ਮਾਈਨਰ ਪੱਪੀ ਆਲ ਬਰੀਡਾਂ ਦੇ ਰੇਂਗਿੰਗ ਆ ਜਾਓ ਜੀ, ਜਿੱਥੇ ਵੀ ਵਾਲ ਬਰੀਡਾਂ ਦੇ ਰੇਂਗਿੰਗ ਆ ਜਾਓ, ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ। ਮਾਈਨਰ ਪੱਪੀ ਐਂਡ ਪੱਪੀ ਲੋਹ ਰਜਿਸਟ੍ਰੇਸ਼ਨ ਲਾਸਟ ਐਂਡ ਫਾਈਨਲ ਡੋਰ ਆਉਂਦੇ ਆ ਜਾਓ ਜਰਮਨ ਸ਼ੈਫਰ ਲੋਹ ਸ਼ੇਅਰ ਕਰ ਦਿਓ। ਧੰਨਵਾਦ, ਚੈਨਲ ਤੇ ਪਹਿਲੀ ਵਾਰ ਸਬਸਕ੍ਰਾਈਬ ਜ਼ਰੂਰ ਕਰ ਦਿਓ।